ਆਉਂਦਾ ਪ੍ਰੋਗਰਾਮ ਹੈ, ਮੁਲਤਵੀ ਹੋ ਗਿਆ। ਕਿਸਾਨ ਸ਼ਾਂਤਮਈ ਸਨਮਾਨ ਕਰਨਾ ਚਾਹੁੰਦੇ ਆ, ਤੁਸੀਂ ਇਹ ਰਿਪੋਰਟ ਦੇ ਦਿਓ, ਦਫ਼ਾਦਾਰੀ ਟੁੱਟ ਜੂਗੀ, ਬੰਦ ਹੋ ਜੂਗੀ। ਸਰ ਤੁਹਾਡੀ ਰਿਪੋਰਟ 'ਤੇ ਹੋਣਾ ਸਾਰਾ ਕੁਛ। ਜਿਹੋ ਜੀ ਤੁਸੀਂ ਰਿਪੋਰਟ ਭੇਜੋਗੇ, ਜੇ ਲਾਉਣ ਦੀ ਭੇਜੋਗੇ ਦਫ਼ਾਦਾਰੀ ਲੱਗ ਜੂਗੀ, ਜੇ ਨਾ ਲਾਉਣ ਦੀ ਭੇਜੋਗੇ ਫਿਰ ਦਫ਼ਾਦਾਰੀ ਨਹੀਂ ਲੱਗੂਗੀ। ਇਹਨੂੰ ਕਿਹਾ ਵੀ ਤੁਸੀਂ ਆਪਦੇ ਚੰਡੀਗੜ੍ਹ ਵਾਲੇ ਪ੍ਰਭੂਆਂ ਨੂੰ ਕਹੋ ਵੀ ਕੋਈ ਗੱਲ ਨੀ। ਹਾਂ ਠੀਕ ਹੈ, ਇੰਨੀ ਗੱਲ ਉਹਨਾਂ ਨੇ ਕਹਿਤੀ ਵੀ ਤੁਹਾਡੇ ਬੰਦੇ ਜਿਹੜੇ ਅੱਜ ਜਿੰਨੇ ਵੀ ਫੜੇ ਆ ਅੱਜ ਉਹ ਸਾਰੇ ਹੁਣੇ ਛੱਡ ਦਿੰਦੇ ਆ। ਅਸੀਂ ਇਕੱਠ ਦੇ ਵਿੱਚ ਇਹ ਵੀ ਕਹਿ ਦਿੰਦੇ ਹਾਂ ਵੀ ਹੋਰ ਕੋਈ ਵੀ ਆਗੂ ਕਿਸੇ ਵੀ ਕੇਸ ਦੇ ਵਿੱਚ, ਕਿਸਾਨ ਅੰਦੋਲਨ ਦਾ ਕਿਸੇ ਵੀ ਕੇਸ ਦੇ ਵਿੱਚ ਕੋਈ ਵੀ ਆਗੂ ਅੱਜ ਤੋਂ ਬਾਅਦ ਨਹੀਂ ਫੜਿਆ ਜਾਊਗਾ, ਇਹ ਵੀ ਕਹਿੰਦੇ ਅਸੀਂ ਕਹਿ ਦਿੰਦੇ ਹਾਂ। ਅਸੀਂ ਆਖਿਆ ਵੀ ਠੀਕ ਹੈ, ਫਿਰ ਫਰਕ ਕੀ ਰਹਿ ਗਿਆ ਆਪਣੇ ਨਾਲ, ਤੁਹਾਡਾ ਤਾਂ ਫਰਕ ਹੀ ਨਹੀਂ ਕੋਈ। ਅਸੀਂ ਵੀ ਚਾਹੁੰਦੇ ਹਾਂ ਵੀ ਬੰਦੇ ਹੁਣੇ ਛੱਡ ਦਿਓ, ਕਿਸੇ ਵੀ ਕਿਸਾਨ ਆਗੂ ਨੂੰ ਕਹਾਂ ਤੋਂ ਨਾ ਫੜਿਆ ਜਾਵੇ, ਤੇ ਜਿਹੜੇ ਅਸੀਂ ਸਨਮਾਨ ਕਰਨਾ ਸਾਡਾ ਹੱਕ ਹੈ, ਜਮਹੂਰੀ ਹੱਕ ਹੈ, ਉਸ ਨੂੰ ਸਾਡੇ ਹੱਕ ਨੂੰ ਸਾਨੂੰ ਦਿੱਤਾ ਜਾਵੇ। ਇੰਨੀ ਗੱਲ ਹੈ, ਸਾਰਾ ਕੁਛ ਨਿਬੜਦਾ, ਜੇ ਨਹੀਂ ਨਿਬੜੂਗਾ ਇਹ ਜਾਊਗਾ ਮੀਡੀਆ ਰਾਹੀਂ, ਸਾਰੇ ਹਰਿਆਣੇ 'ਚ ਵੀ ਜਾਊ, ਸਾਰੇ ਪੰਜਾਬ 'ਚ ਵੀ ਜਾਊ। ਇਹਦੇ ਨਾਲ ਬੀਜੇਪੀ ਦਾ ਸਿਆਸੀ ਨੁਕਸਾਨ ਹੋਊਗਾ। ਅਸੀਂ ਕਹਿੰਦੇ ਹਾਂ ਵੀ ਸਿਆਸੀ ਨੁਕਸਾਨ ਨਾ ਕਰਾਓ, ਇਹ ਬੀਜੇਪੀ ਦੇ ਪੱਖ ਦੀ ਗੱਲ ਹੈ। ਜਿੰਨਾ ਤੁਸੀਂ ਇਹਨੂੰ ਲੰਮਾ ਕਰੀ ਜਾਊਗੇ, ਜਿੰਨਾ ਇਹ ਮੀਡੀਆ ਰਾਹੀਂ ਆਹ ਪਬਲਿਕ ਲੰਘ ਰਹੀ ਹੈ, ਇਹਦੇ ਰਾਹੀਂ ਫੈਲੀ ਜਾਊਗਾ ਵੀ ਯਾਰ ਬੰਦੇ ਦਾ ਸਨਮਾਨ ਵੀ ਨਹੀਂ ਕਰਨ ਦਿੰਦੇ। ਉਹਨਾਂ ਤੁਹਾਨੂੰ ਸਿਆਸੀ ਕੀਮਤ ਤਾਰਨੀ ਪਊ, ਸੋਨਾ ਸਿਆਸੀ ਤੌਰ ਤੇ ਨੁਕਸਾਨ ਹੋਊ ਤੁਹਾਡਾ। ਇਹ ਗੱਲਾਂ ਉਹਦੇ ਕੰਨ 'ਚ ਪਾਂਗਿਆਂ ਨੇ। ਸੋ ਚਲੋ ਉਹਨਾਂ ਨੇ ਹੁਣ ਕਿਹਾ ਵੀ ਠੀਕ ਹੈ, ਅਸੀਂ ਆਪਦੇ ਚੰਡੀਗੜ੍ਹ ਵਾਲੇ ਆਗੂਆਂ ਨਾਲ ਗੱਲ ਕਰਦੇ ਹਾਂ। ਅਸੀਂ ਇਹ ਵੀ ਕਹਿੰਦਾ ਵੀ ਸਮਾਂ ਬਾਉਂਡ ਕਰ ਲਓ ਵੀ ਜਿਹੜਾ ਮੰਡੀ 'ਚ ਜਾ ਕੇ ਕਿੰਨਾ ਸਮਾਂ ਜਾਣ ਦਾ ਲੱਗੂ, ਕਿੰਨਾ ਸਮਾਂ ਸਨਮਾਨ ਦਾ ਲੱਗੂ, ਤੇ ਕਿੰਨਾ ਸਮਾਂ ਉੱਥੋਂ ਮੰਡੀ ਤੋਂ ਅੰਬਾਲੇ 'ਚੋਂ ਬਾਹਰ ਆਉਣ ਦਾ ਲੱਗੂ, ਉਹ ਸਮਾਂ ਬਾਉਂਡ ਕਰ ਲਓ। ਇੱਥੋਂ ਤੀਕਰ ਵੀ ਕਹਿੰਦਾ ਵੀ ਜੇ ਤੁਹਾਨੂੰ ਡਰ ਹੋਊਗਾ ਵੀ ਪੱਕੇ ਤੌਰ 'ਤੇ ਉੱਥੇ ਦਾ ਮੋਰਚਾ ਲਾ ਲੈਣ, ਸਮਾਂ ਬਾਉਂਡ ਕਰ ਲਓ, 2 ਘੰਟਿਆਂ ਦਾ ਕਰ ਲਓ, 1.5 ਘੰਟੇ ਦਾ ਕਰ ਲਓ, ਜਿੰਨਾ ਚਿਰ ਤੱਕ ਇਹ ਤਿੰਨੇ ਜਿਹੜੇ ਕਦਮ ਹੈ ਉੱਥੇ ਜਾਣ ਵਾਲਾ, ਸਨਮਾਨ ਵਾਲਾ ਤੇ ਵਾਪਸ ਆਉਣ ਵਾਲਾ, ਤਿੰਨੇ ਕਦਮਾਂ ਨੂੰ ਜਿੰਨਾ ਢੁਕਵਾਂ ਸਮਾਂ ਚਾਹੀਦਾ ਉਹਨਾਂ ਸਮਾਂ ਬਾਉਂਡ ਕਰ ਲਓ, ਉਹਨੇ ਸਮੇਂ ਦੇ ਵਿੱਚ ਵਿੱਚ ਅਸੀਂ ਸਮਾਪਤ ਕਰ ਦਿਆਂਗੇ। ਇੱਥੋਂ ਤੱਕ ਉਹਨਾਂ ਨੂੰ ਆਪਾਂ ਆਸ਼ਵਾਸਨ ਕਹਿ ਦਿੰਦੇ ਹਾਂ ਹਿੰਦੀ 'ਚ, ਆਸ਼ਵਾਸਨ ਦੇ ਤਾ, ਵਿਸ਼ਵਾਸ ਦੇ ਤਾ, ਤੇ ਹੁਣ ਉਹਨਾਂ ਦੀ ਡੀ ਦੇ ਵਿੱਚ ਗੇਂਦ ਹੈ ਬਈ ਉਹ ਆਪਦੇ ਉੱਚ ਅਧਿਕਾਰੀਆਂ ਨਾਲ, ਚੰਡੀਗੜ੍ਹ ਵਾਲੇ ਅਧਿਕਾਰੀਆਂ ਨਾਲ, ਆਪਦੇ ਸਿਆਸੀ ਪ੍ਰਭੂਆਂ ਨਾਲ ਗੱਲਬਾਤ ਆਪਣੀ ਰੱਖਣਗੇ। ਉੱਥੋਂ ਵਾਪਸ ਕੀ ਲੈ ਕੇ ਆਉਂਦੇ ਆ ਉਹਦੇ ਹਿਸਾਬ ਨਾਲ ਗਾਹਾਂ ਫੈਸਲਾ ਹੋ ਜੂ, ਪਰ ਉਹਨਾਂ 'ਚ ਤਿੱਕਰ ਆਹ ਗੱਲ ਮੰਨੋ, ਇਹ ਆਪਣਾ ਦੋਨਾਂ ਮੋਰਚਿਆਂ ਦਾ ਫੈਸਲਾ ਵੀ ਆਪਾਂ ਅੱਜ ਟ੍ਰੈਫਿਕ ਜਾਮ ਨਹੀਂ ਕਰਨੀ, ਟ੍ਰੈਫਿਕ ਦੇ ਵਿੱਚ ਵਿਘਨ ਨਹੀਂ ਪਾਉਣਾ, ਤਾਂ ਹੀ ਸਾਈਡ ਦੇ ਵਿੱਚ ਆਪਾਂ ਬੰਦੇ ਖੜੇ ਕੀਤੇ ਆ, ਕਿਉਂਕਿ ਇਸ ਨੂੰ ਉਹ ਵਰਤ ਨਾ ਸਕਣ। ਇਸ ਨੂੰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹਾਈ ਕੋਰਟ ਨੇ ਕਹਿਤਾ ਵੀ 7 ਦਿਨਾਂ ਦੇ ਵਿੱਚ ਕੰਧ ਚੱਕ ਦਿਓ, ਆਪਾਂ ਵੀ ਕੰਧ ਚੁਕਾਉਣਾ ਚਾਹੁੰਦੇ ਸੀ, ਉਹ ਉਹਨਾਂ ਨੂੰ ਹਜ਼ਮ ਨਹੀਂ ਆਇਆ ਹਰਿਆਣੇ ਦੀ ਸਰਕਾਰ ਨੂੰ, ਉਹ ਸੁਪਰੀਮ ਕੋਰਟ 'ਚ ਚਲੇ ਗਏ ਵੀ ਜੇ
ਕੰਧ ਚੱਕਤੀ, ਇੱਥੇ ਬਦਮ ਨਹੀਂ ਫੈਲ ਜੂ, ਉੱਥੇ ਜਾਮ ਲੱਗ ਜਾਣਗੇ, ਹਰਿਆਣੇ 'ਚ ਸੜਕਾਂ ਬੰਦ ਹੋ ਜਾਣਗੀਆਂ, GT ਰੋਡਾਂ ਬੰਦ ਹੋ ਜਾਣਗੀਆਂ। ਇਹ ਉੱਥੇ ਪਹੁੰਚਾਉਣਾ ਚਾਹੁੰਦੇ ਆ ਤਾਂ ਕਿ ਸੁਪਰੀਮ ਕੋਰਟ, ਜਿਵੇਂ ਹਾਈ ਕੋਰਟ ਨੇ ਫੈਸਲਾ ਕਰਤਾ ਕੰਧ ਚੱਕਣ ਦਾ, ਕਿਤੇ ਸੁਪਰੀਮ ਕੋਰਟ ਨਾ ਕਰਦੇ। ਸੋ ਇਸ 'ਚੋਂ ਵੀ ਆਪਾਂ ਉਹਨਾਂ ਦੇ ਟ੍ਰੈਪ 'ਚ ਨਾ ਫਸ ਗਏ, ਉਹਨਾਂ ਨੂੰ ਆਪਾਂ ਮੌਕਾ ਨਾ ਦੇਣ ਗਏ, ਤਾਂ ਆਪਾਂ ਕਿਹਾ ਵੀ ਪਾਸੇ ਹੋ ਜਾਓ, ਇਹ ਨਾ ਹੋਵੇ ਵੀ ਟ੍ਰੈਫਿਕ ਜਾਮ ਕੀਤਾ ਹੋਇਆ। ਸਗਾ ਤੋਂ ਲਗਾਓ ਟ੍ਰੈਫਿਕ ਨੂੰ, ਜਿਹੜਾ ਵਲੰਟੀਅਰ ਹੈ ਪਾਸੇ ਹੋ ਕੇ ਜਿੰਨੀ ਟ੍ਰੈਫਿਕ ਲੰਘਦੀ ਹੈ ਉਹਨੂੰ ਵਲੰਟੀਅਰ ਲਗਾਉਣ ਦੀ ਯਤਨ ਕਰੋ, ਭਾਵੇਂ ਵੱਡੀਆਂ ਗੱਡੀਆਂ ਨੇ ਤੇ ਭਾਵੇਂ ਛੋਟੀਆਂ ਗੱਡੀਆਂ ਨੇ, ਤਾਂ ਕਿ ਕੋਈ ਇਸ ਨੂੰ ਉਹ ਆਧਾਰ ਬਣਾ ਕੇ, ਇਸ ਨੂੰ ਬੇਸ ਬਣਾ ਕੇ ਸੁਪਰੀਮ ਕੋਰਟ ਦੇ ਵਿੱਚ ਆਪਣੇ ਉਲਟ ਫੈਸਲਾ ਨਾ ਕਰ ਸਕਣ। ਇਸ ਕਰਕੇ ਤੁਹਾਨੂੰ ਕਿਹਾ ਵੀ ਆਪਾਂ ਟ੍ਰੈਫਿਕ ਜਾਮ ਨਹੀਂ ਕਰਨੀ, ਐਨੇ ਆਪਾਂ ਟ੍ਰੈਫਿਕ ਜਾਮ ਕੀਤੀਆਂ ਨੇ, ਕੀਤੀਆਂ ਨੇ, ਬਹੁਤ ਵਾਰੀ ਕੀਤੀਆਂ ਨੇ। ਦੂਜੀ ਗੱਲ ਹੈ ਹੁਣ ਆਪਣਾ ਮਸਲਾ, ਜਿਵੇਂ ਕਹਿੰਦੇ ਹਾਥੀ ਲੰਘ ਗਿਆ, ਪੂਛ ਰਹਿ ਗਈ, ਸਭ ਤੋਂ ਵੱਡਾ ਤਾਂ ਹਾਥੀ, ਜਿਹਦੇ ਖਾਤਰ ਆਪਾਂ ਨਵਦੀਪ ਜੇਲ ਵੜਿਆ ਸੀ, 111 ਦਿਨਾਂ ਤੋਂ ਲੜ ਰਹੇ ਸੀ, ਜਿੱਦੇ ਤੁਹਾਨੂੰ ਫੜਿਆ 111 ਦਿਨਾਂ 'ਚ, ਵੀ ਉਹਨੂੰ ਛੱਡੋ, ਉਹਦੇ ਜਿਹੜਾ ਕੇਸ ਹੈ 307 ਦਾ ਝੂਠਾ ਪਾਇਆ ਹੋਇਆ, ਉਹਨੇ ਕਿਸੇ ਮੁਲਾਜ਼ਮ ਦੇ ਸੱਟ ਨਹੀਂ ਮਾਰੀ 307 ਵਾਲੀ, ਉਹ ਝੂਠਾ ਪਾਇਆ ਹੋਇਆ। 13 ਫਰਵਰੀ ਨੂੰ ਜਿਸ ਦਿਨ ਆਪਾਂ ਪਹਿਲੇ ਦਿਨ ਆਇਆ ਇੱਥੇ ਸ਼ੰਭੂ, ਉਸ ਦਿਨ ਦੀ FIR ਨੰਬਰ 40 ਹੈ, ਉਹ 40 ਨੰਬਰ FIR ਦੇ ਵਿੱਚ ਕਿਹਾ ਵੀ ਨਵਦੀਪ ਨੇ ਪੁਲਿਸ ਵਾਲਿਆਂ ਦੇ ਆ ਕੇ ਇੱਥੇ ਕੰਧ ਤੇ ਆ ਕੇ ਉਹਦੇ ਸਿਰ 'ਚ ਸੱਟ ਮਾਰੀ, ਪੁਲਿਸ ਦੇ ਸਿਰ ਪਾਟ ਗਏ, ਇਹੋ ਜਿਹਾ ਮਨਘੜਤ ਕਹਾਣੀ ਬਣਾ ਕੇ 307 ਦਾ ਪਰਚਾ ਬਣਾਇਆ, ਜਦਕਿ 305 ਸਾਬਤ ਨਹੀਂ ਕਰ ਸਕੀ, ਕੋਈ ਉਹ MLR ਨਹੀਂ ਦਿਖਾ ਸਕੀ ਜਿਹਦਾ ਸਿਰ ਪੱਟਿਆ ਉਹ ਪੁਲਿਸ ਵਾਲੇ ਦਾ, ਉਹਦੀ ਡਾਕਟਰੀ ਵੀ ਹੋਊਗੀ, ਉਹਦਾ MLR ਵੀ ਹੋਊਗਾ। ਸੋ ਆਪਾਂ ਝੂਠਾ ਸੀ, ਉਹ ਆਪਾਂ ਛਡਵਾ ਲਿਆ, ਵੱਡਾ ਜਿਹੜਾ ਕਹਿ ਲਓ ਬਈ ਜਿਹੜਾ ਆਪਣਾ ਹਾਥੀ ਲਗਾ ਲਿਆ, ਜਿਹੜਾ ਆਪਣੀਆਂ ਮੰਗਾਂ ਦਾ ਸੀ। ਸੋ ਹੁਣ ਤਾਂ ਕੋਈ ਖਾਸ ਗੱਲ ਨਹੀਂ, ਇਕੱਲੇ ਸਰਮਾਨ ਵਾਲੀ ਗੱਲ ਹੈ, ਸਿੱਧੀ ਗੱਲ ਹੈ ਵੀ ਉਹਨਾਂ ਨੂੰ ਹਜ਼ਮ ਨਹੀਂ ਆ ਰਹੀ ਗੱਲ, ਇਹ ਵੀ ਜੋ ਅਸੀਂ ਚਾਹੁੰਦੇ ਸੀ ਇਹਨੂੰ ਥਾਣੇ 'ਚ ਸੱਦਾਂਗੇ, ਇਹਨੂੰ ਬਰਫ਼ ਤੇ ਪਾਵਾਂਗੇ, ਇਹਨੂੰ ਨੰਗਾ ਕਰਾਂਗੇ। ਇੱਕ ਸੱਚ ਥੋੜ੍ਹੀ ਜਿਹੀ ਗੱਲ ਹੋਰ ਵੀ ਦੱਸ ਦਈਏ, ਜਿਹੜੀ ਉਹਨਾਂ ਨੂੰ ਦੁੱਖ ਹੋਇਆ ਅੱਜ, ਕਹਿੰਦੇ ਨਵਦੀਪ ਨੇ ਬਾਹਰ ਆ ਕੇ ਵੀਡੀਓ ਪਾ ਕੇ ਇਹ ਕਹਿੰਦਾ ਵੀ ਮੈਨੂੰ ਉਹਨਾਂ ਨੇ ਨੰਗਾ ਕੀਤਾ, ਸਾਰੇ ਮੇਰੇ ਕੱਪੜੇ ਲਹਾਏ, ਇਹ ਕਹਿੰਦਾ ਵੀ ਸਾਡੀ ਬਦਨਾਮੀ ਹੋ ਗਈ ਇਹਦੇ ਨਾਲ।